ਕੀਤੀ ਹੈ। ਸਾਰੇ ਜਿੰਨੇ ਵੀ ਪਤਵੰਤੀ ਸੱਜਣ ਚੱਲ ਕੇ ਪਹੁੰਚੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਅਤੇ ਮੈਂ ਮਾਫ਼ੀ ਮੰਗਦਾ ਕਿ ਸਾਡੇ ਤੋਂ ਜਿਹੜਾ ਅਰੇਂਜਮੈਂਟ ਹੈ ਉਹ ਛੋਟਾ ਪੈ ਗਿਆ, ਕਿਉਂਕਿ ਜਦੋਂ ਅਸੀਂ ਇੱਥੇ ਪਹੁੰਚੇ ਹਾਂ ਤਾਂ ਸਾਰਾ ਇਹ ਫੁੱਲ ਸੀ ਅਤੇ ਤੁਸੀਂ ਦੇਖਿਆ ਵੀ ਸੈਂਕੜੇ ਹਿਸਾਬ 'ਚ ਲੋਕ ਜਿਹੜੇ ਆ ਉਹ ਖੜ੍ਹੇ ਸੀ, ਪਰ ਤੁਸੀਂ ਕਿਉਂਕਿ ਅਸੀਂ ਮਾਨ ਸਾਹਿਬ ਨੂੰ ਟੋਲ ਤੋਂ ਲੈ ਕੇ ਆਏ ਤਕਰੀਬਨ 4-5 ਹਜ਼ਾਰ ਬੰਦਾ ਸਾਡੇ ਨਾਲ ਸੀ, ਉਹ ਵਿਚਾਰੇ ਮੈਨੂੰ ਲੱਗਦਾ ਸਾਰੇ ਬਾਹਰ ਹੀ ਰਹਿ ਗਏ, ਉਹਨਾਂ ਤੋਂ ਅੰਦਰ ਹੀ ਨਹੀਂ ਆਇਆ ਗਿਆ ਜਿਹੜੇ ਇੰਨੇ ਹਜ਼ਾਰਾਂ ਦੀ ਤਾਦਾਦ 'ਚ ਨੌਜਵਾਨ ਜਿਹੜੇ ਆ ਸਾਨੂੰ ਨਾਲ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਹੋਏ ਲੈ ਕੇ ਆਏ। ਮੈਂ ਸਾਰੇ ਉਹਨਾਂ ਭਰਾਵਾਂ ਤੋਂ ਮਾਫ਼ੀ ਵੀ ਮੰਗਦਾ ਅਤੇ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ। ਅਤੇ ਦੂਜਾ ਅੱਜ ਦੇ ਜੋਸ਼ ਨੇ ਅੱਜ ਦੇ ਇਕੱਠ ਨੇ ਦੱਸ ਦਿੱਤਾ ਵੀ ਭਾਈ ਸਾਡੇ ਵਰਕਰ ਜਿਹੜੇ ਆ ਕਾਹਲੇ ਹੈ ਕਿ ਕਿਸੇ ਹਿਸਾਬ ਨਾਲ ਜਿਹੜੀ 1 ਜੂਨ ਜਲਦੀ ਆਵੇ ਅਤੇ ਜਿਹੜੀ ਸਾਡੇ ਤੋਂ ਕਹਿ ਲਓ ਵੀ ਪਿਛਲੇ ਸਮੇਂ ਇੱਕ ਸੀਟ ਖੁੱਸ ਚੁੱਕੀ ਸੀ ਹੈ ਨਾ, ਜਿਹਦੇ 'ਤੇ ਵਿਰੋਧੀਆਂ ਨੂੰ ਬੜਾ ਸੀ, ਆਮ ਆਦਮੀ ਪਾਰਟੀ ਦਾ ਕਿਲਾ ਢਾਤਾ, ਆਮ ਆਦਮੀ ਪਾਰਟੀ ਦਾ ਕਿਲਾ ਢਾਤਾ, ਇਹ ਦੁਬਾਰਾ ਦੱਸਣਾ 4 ਜੂਨ ਨੂੰ ਸਾਰਿਆਂ ਨੂੰ ਪਤਾ ਲੱਗ ਜੂ ਕਿ ਸੰਗਰੂਰ ਆਮ ਆਦਮੀ ਪਾਰਟੀ ਦਾ ਗੜ੍ਹ ਸੀ, ਅੱਜ ਵੀ ਹੈ ਅਤੇ ਆਉਣ ਵਾਲੇ ਸਮੇਂ 'ਚ ਵੀ ਇਹਦਾ ਗੜ੍ਹਾ ਰਹੂਗਾ। ਵਿਰੋਧੀ ਧਿਰ ਜਿਵੇਂ ਵੱਖ ਵੱਖ ਗੱਲਾਂ ਕਰ ਰਹੇ ਨੇ ਕੀ ਕਹਿਣਾ ਚਾਹੁੰਗੇ, ਕਿਹਦਾ ਮੁਕਾਬਲਾ ਮੰਨਦੇ ਹੋ? ਇਹਨਾਂ ਦਾ ਆਪ 'ਚ ਮੁਕਾਬਲਾ ਜੀ, ਕਿਹੜਾ ਦੂਜੇ ਨੰਬਰ 'ਤੇ ਆਉਂਦਾ, ਉਹ ਕਹੀ ਜਾਂਦਾ ਉਹਦੀ ਵੋਟ ਕੱਟੋ, ਉਹਦੀ ਵੋਟ ਕੱਟੋ। ਅਸੀਂ ਪਰਮਾਤਮਾ ਦੀ ਮਿਹਰ ਹੈ, ਲੋਕ ਸਾਡੇ ਨਾਲ ਨੇ ਅਤੇ ਆਮ ਆਦਮੀ ਪਾਰਟੀ ਦੀ 100% ਜਿੱਤ ਹੋਊਗੀ, ਹੁਣ ਇਹ ਦੇਖਣ ਦੂਜੇ ਨੰਬਰ 'ਤੇ ਕਿਹੜਾ ਹੁੰਦਾ। ਖਹਿਰਾ ਸਾਹਿਬ ਵੱਖ ਵੱਖ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਨੇ, ਇੱਦਾਂ ਜਾਮ ਵੀ ਲਾ ਰਹੇ ਨੇ ਕਿ ਚੈਲੇਂਜ ਵੀ ਕਰ ਰਹੇ ਕਿ ਕੋਈ ਗੱਲਾਂ ਪੂਰੀਆਂ ਕਰਕੇ ਤਾਂ ਚੈਲੇਂਜ ਤਾਂ ਹੈ ਹੀ ਆ, ਉਹ ਇੱਥੇ ਇਲੈਕਸ਼ਨ ਆ ਕੇ ਲੜ ਰਹੇ ਆ, ਇਹ ਚੈਲੇਂਜ ਉਹਨਾਂ ਨੇ ਜਿੱਤਾ ਹੀ ਹੋਇਆ। ਖਹਿਰਾ ਸਾਹਿਬ ਵੱਲੋਂ ਕੱਲ੍ਹ ਕਾਗਜ਼ ਇੱਕ ਦੂਜੇ ਦੇ ਉਲਟ ਭਰਾਂਗੇ ਅਤੇ ਲੱਗ ਜੂ ਪਤਾ ਕਿਹਦੇ ਤਿਲਾਂ 'ਚ ਕਿੰਨਾ ਤੇਲ। ਖਹਿਰਾ ਸਾਹਿਬ ਵੱਲੋਂ ਕੱਲ੍ਹ ਕਿਹਾ ਗਿਆ ਕਿ ਫਾਈਨਾਂਸ ਮਿਨਿਸਟਰ ਜਾਂ ਤੁਹਾਡੀ ਸਾਰੀ ਕੈਬਨ ਕਹਿ ਰਹੀ ਹੈ ਕਿ ਖਜ਼ਾਨਾ ਫੁੱਲ ਹੈ ਅਤੇ ਉੱਥੇ ਇੱਕ ਬੌਂਡ ਤੁਹਾਡੇ ਗਿਰਵੀ ਰੱਖ ਕੇ ਪੰਜਾਬ ਪੁਲਿਸ ਨੂੰ ਪਿਛਲੇ ਮਹੀਨੇ ਤਨਖਾਹ ਦਿੱਤੀ ਗਈ, ਕੀ ਦੇਖੋ ਇੱਕ ਚੀਜ਼ ਫੈਕਟ ਜਿਹਦਾ ਖਹਿਰਾ ਸਾਹਿਬ ਵੀ ਦੱਸਦੇ ਨੇ ਕਿ ਅੱਜ ਤੱਕ ਦਾ ਰਿਕਾਰਡ ਆਮ ਆਦਮੀ ਪਾਰਟੀ ਨੇ ਰੈਵਨਿਊ ਦੇ ਵਿੱਚ ਵਾਧਾ ਕੀਤਾ, ਜਿਹੜਾ ਰੈਵਨਿਊ ਕਦੇ 6-7% ਵਾਧਾ ਸੀ, 14% ਦੇ ਹਿਸਾਬ ਨਾਲ ਰੈਵਨਿਊ ਜਿਹੜਾ ਪੰਜਾਬ ਦਾ ਵੱਧ ਰਿਹਾ, ਪਿਛਲੇ ਮਹੀਨੇ 17% ਜਿਹੜਾ ਰੈਵਨਿਊ ਹੈ ਉਹ ਵਧਿਆ। ਹੁਣ ਪਿਛਲੀਆਂ ਸਰਕਾਰਾਂ ਨੇ, ਹੁਣ ਅੱਜ ਮੰਨ ਲਓ ਕਿਸ 'ਤੇ 10,000 ਕਰਜ਼ਾ ਹੈ ਤਾਂ ਕੁਦਰਤੀ ਆ ਉਹਦੇ ਕਿਸ਼ਤ ਵੀ ਘੱਟ ਹੋਊ, ਉਹਦਾ ਵਿਆਜ ਵੀ ਘੱਟ ਹੋਊ, ਉਹਦਾ ਲੋਨ ਵੀ ਘੱਟ ਹੋਊ। 3 ਲੱਖ ਹੈ ਤਾਂ ਉਹਦੀ ਕਿਸ਼ਤ ਵੀ ਜ਼ਿਆਦਾ ਹੋਊ, ਲੋਨ ਵੀ ਜ਼ਿਆਦਾ ਹੋਊਗਾ, ਵਿਆਜ ਵੀ ਜ਼ਿਆਦਾ ਹੋਊ। ਸੋ ਸਾਨੂੰ ਖਹਿਰਾ ਸਾਹਿਬ ਜਿਹੜੀਆਂ ਪਾਰਟੀਆਂ ਤੁਸੀਂ ਰਹੇ ਹੋ 3 ਲੱਖ ਕਰੋੜ ਰੁਪਏ ਦੀ ਕਰਜ਼ੇ ਦੀ ਪੰਡ ਦੇ ਕੇ ਗਏ ਆ, ਉਹਦੀ ਕਿਸ਼ਤ ਵੀ ਜ਼ਿਆਦਾ, ਲੋਨ ਵੀ ਜ਼ਿਆਦਾ, ਵਿਆਜ ਵੀ ਜ਼ਿਆਦਾ, ਅਤੇ ਅਸੀਂ ਉਹਨੂੰ ਵੀ ਲਾ ਰਹੇ ਹਾਂ ਅਤੇ ਉਹਦੇ ਨਾਲ ਨਾਲ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਵੀ ਦੇ ਰਹੇ ਹਾਂ, ਡਿਵੈਲਪਮੈਂਟ ਵੀ ਕਰ ਰਹੇ ਹਾਂ। ਸੋ ਪਿਛਲੀਆਂ ਸਰਕਾਰਾਂ 'ਚ ਨਾਲੇ ਕਰਜ਼ ਵੀ ਜਿਹੜਾ ਨਾਲ ਲੋਕਾਂ ਨੂੰ ਸਹੂਲਤਾਂ ਵੀ ਨਹੀਂ ਮਿਲੀਆਂ। ਅੱਜ ਜਿੰਨੇ ਤੁਸੀਂ ਇੱਥੇ ਬਹੁਤੇ ਬਰਨਾਲੇ ਦੇ ਸਾਡੇ ਭਰਾ ਪੱਤਰਕਾਰ ਖੜ੍ਹੇ ਹੋ, ਤੁਹਾਡਾ ਵੀ ਬਹੁਤਿਆਂ ਦਾ ਬਿਜਲੀ ਦਾ ਬਿੱਲ 0 ਆਉਂਦਾ ਹੋਊਗਾ, ਹਰੇਕ ਪਰਿਵਾਰ ਨੂੰ 60-70 ਹਜ਼ਾਰ ਰੁਪਇਆ ਸਾਲ ਦਾ ਬਚ ਰਿਹਾ, 5 ਸਾਲਾਂ ਦਾ 3-3 ਲੱਖ ਰੁਪਇਆ ਤੱਕ ਲਈ ਬਿਜਲੀ 'ਚੋਂ ਬਚ ਰਿਹਾ। ਹੁਣ ਘੱਟੋ ਘੱਟ ਲੋਕਾਂ ਨੂੰ ਫਾਇਦਾ ਤਾਂ ਪਹੁੰਚ ਰਿਹਾ, ਨਾਲੇ ਖਜ਼ਾਨਾ ਵੀ ਭਰ ਰਿਹਾ, ਰੈਵਨਿਊ ਵੀ ਸਰਕਾਰ ਦਾ ਵਧਿਆ, ਜਿਹੜੀ ਫੈਕਟ ਹੈ ਚੀਜ਼। ਸੋ ਅਸੀਂ ਆਪਣੇ ਵੱਲੋਂ ਜਿੰਨੇ ਕੁ ਸਾਧਨ, ਜਿੰਨੇ ਕੁ ਸਰੋਤ ਆ ਸਰਕਾਰ ਕੋਲ, ਉਹਦੇ 'ਚੋਂ ਸਰਕਾਰ ਦੀ ਆਮਦਨ ਵੀ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਅਤੇ ਆਮਦਨ ਵਧਾਉਣ ਲਈ ਅਸੀਂ ਨਵੇਂ ਕਹਿ ਲਓ ਵੀ ਜਿਵੇਂ ਘਰ ਦਿਆਂ ਵਾਂਗੂ ਸਰਕਾਰ 'ਚ ਲਈ ਤਾਂ ਸੰਦ ਵੀ ਖਰੀਦ ਰਹੇ ਹਾਂ, ਅਸੀਂ ਗ੍ਰਿੱਡ ਖਰੀਦਿਆ ਥਰਮਲ, ਜਿਹੜਾ ਕਿਤੇ ਅਸੀਂ ਵਾਅਦਾ ਨਹੀਂ ਸੀ ਕੀਤਾ, ਚਲੋ ਬਿਜਲੀ ਦੇਣ ਵਾਲਾ ਤਾਂ ਵਾਅਦਾ ਕੀਤਾ ਸੀ, ਉਹਦਾ ਵਾਅਦਾ ਨਹੀਂ ਸੀ ਕੀਤਾ, 1100 ਕਰੋੜ ਰੁਪਇਆ ਲਾ ਕੇ, ਅਤੇ ਅੱਜ CM ਸਾਹਿਬ ਦੱਸ ਕੇ ਗਏ ਆ ਕਿ ਅਸੀਂ 90 ਕਰੋੜ ਰੁਪਏ ਦੀ ਬਿਜਲੀ ਦਾ ਜਿਹੜੀ ਮਹਾਰਾਸ਼ਟਰ ਨੂੰ ਜਿਹੜੀ ਆ ਉਹ ਵੇਚੀ ਹੈ। ਸੋ ਸਰਕਾਰ ਆਪਣੇ ਵੱਲੋਂ ਇਮਾਨਦਾਰੀ ਦੇ ਨਾਲ ਕੰਮ ਕਰ ਰਹੀ ਹੈ, ਘੱਟੋ ਘੱਟ ਸਾਰੇ ਪੰਜਾਬ ਦੇ ਸੰਗਰੂਰ ਦੇ ਲੋਕਾਂ ਨੂੰ ਪਤਾ ਵੀ ਘੱਟੋ ਘੱਟ ਸਾਡੇ CM ਸਰਕਾਰ ਦੀ ਨੀਅਤ ਦੇ ਵਿੱਚ ਖੋਟ ਨਹੀਂ, ਪੁਰਾਣੀਆਂ ਸਰਕਾਰਾਂ ਦੀਆਂ ਨੀਅਤ ਦੇ ਵਿੱਚ ਖੋਟਾਂ ਸੀ, ਕਦੇ
ਇਸ ਏਜੰਡੇ ਨਾਲ ਕੰਮ ਕੀਤਾ ਹੀ ਨਹੀਂ ਵੀ ਭਾਈ ਆਪਾਂ ਲੋਕਾਂ ਨੂੰ ਸਹੂਲਤ ਕਿਵੇਂ ਦੇਣੀ ਹੈ, ਆਪਾਂ ਸਰਕਾਰ ਦਾ ਖਜ਼ਾਨਾ ਕਿਵੇਂ ਭਰਨਾ। ਜਿਹੜਾ ਮੁੱਖ ਮੰਤਰੀ ਹੁੰਦਾ, ਜਿਹੜਾ ਮੰਤਰੀ ਹੁੰਦਾ ਸੀ, ਇਹ ਹੁੰਦਾ ਸੀ ਵੀ ਮੌਕਾ ਲੱਗਿਆ ਲੁੱਟ ਲਓ। ਜੇ ਅਸੀਂ ਇਮਾਨਦਾਰੀ ਨਾਲ ਕੰਮ ਕੀਤਾ ਤਾਂਹੀਓ ਜਿਹੜੇ ਵਾਅਦੇ ਨਹੀਂ ਵੀ ਕਹੇ, ਜਿਹੜੇ ਕੰਮ ਨਹੀਂ ਵੀ ਕਿਹਾ ਸੀ ਵੀ ਅਸੀਂ ਕਰਾਂਗੇ ਉਹ ਕੀਤੇ। 14 ਟੋਲ ਪੰਜਾਬ 'ਚੋਂ ਬੰਦ ਕੀਤੇ। ਅਸੀਂ ਕਿਸੇ ਸਟੇਟ ਤੋਂ ਕਿਹਾ ਸੀ ਵੀ ਭਾਈ ਅਸੀਂ ਟੋਲ ਬੰਦ ਕਰਾਂਗੇ, ਇਹਦਾ ਸਾਨੂੰ ਸਰਕਾਰ ਬਣਨ ਤੋਂ ਬਾਅਦ ਪਤਾ ਲੱਗੇ ਪਿੱਛਾ ਮਿਆਦਾਂ ਵਧਾ ਦਿੰਦੇ ਆ। ਹੁਣ ਦੂਜੀਆਂ ਪਾਰਟੀਆਂ ਕਹਿੰਦੇ ਜਿਹਨਾਂ ਮਿਆਦ ਖਤਮ ਹੋ ਗਈ ਸੀ, ਮਿਆਦਾਂ ਇਹਨਾਂ ਵੇਲੇ ਵੀ ਖਤਮ ਹੋ ਗਈਆਂ ਸੀ, ਪਰ ਕਿਸੇ ਦੀਆਂ ਲੱਤਾਂ 'ਚ ਇੰਨਾ ਭਾਰ ਨਹੀਂ ਸੀ ਵੀ ਕਰੋੜਾਂ ਰੁਪਏ ਨੂੰ ਠੋਕਰ ਮਾਰ ਸਕਣ। ਜਿਹੜੀ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਰੀ ਹੈ ਅਤੇ 14 ਟੋਲ ਪੰਜਾਬ 'ਚੋਂ ਬੰਦ ਕਰਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਮੀਨ ਜੀ, ਤੁਸੀਂ ਲੋਕ ਸਭਾ ਪੂਰਾ ਦੇਖੋ, ਇੱਕੋ ਹੀ ਏਜੰਡਾ ਸਾਡਾ ਜਿਹੜਾ ਤੇਜ਼ੀ ਡਿਵੈਲਪਮੈਂਟ ਦਾ, ਨਾ ਅਸੀਂ ਧਰਮਾਂ ਦੀ ਰਾਜਨੀਤੀ ਕਰਦੇ ਹਾਂ, ਨਾ ਜਾਤਾਂ ਪਾਤਾਂ ਦੀ। ਜਿਹੜੀ ਰਾਜਨੀਤੀ ਹੈ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਕਰਦੀ ਹੈ। ਸੋ ਮੈਨੂੰ ਲੱਗਦਾ ਕਿ ਸਭ ਤੋਂ ਜਿਹੜੀ ਵੱਡੀ ਜ਼ਰੂਰਤ ਅੱਜ ਦੀ ਘੜੀ ਰੁਜ਼ਗਾਰ ਦੀ ਹੈ, ਸੰਗਰੂਰ ਜ਼ਿਲ੍ਹੇ ਦੇ ਵਿੱਚ ਜਾਂ ਕਹਿ ਲਓ ਬਰਨਾਲੇ 'ਚ ਜਾਂ ਪੂਰੀ ਲੋਕ ਸਭਾ ਦੇ ਵਿੱਚ। ਸੋ ਆਉਣ ਵਾਲੇ ਸਮੇਂ 'ਚ ਕੇਂਦਰ 'ਚ ਹੱਥ ਪਊਗਾ ਤਾਂ ਰੁਜ਼ਗਾਰ ਇੱਥੇ ਲਿਆਉਣ ਲਈ ਜਿਹੜੀ ਤਰਜੀਹ ਹੈ ਉਹ ਰੱਖਾਂਗੇ। ਕੋਈ ਐਜੂਕੇਸ਼ਨ ਅਦਾਰਾ ਕੋਈ ਵੱਡਾ, ਕਿਉਂਕਿ ਸਾਡੇ ਕੋਈ ਅੱਛਾ ਐਜੂਕੇਸ਼ਨ ਅਦਾਰਾ ਨਹੀਂ, ਪਰਮਾਤਮਾ ਮਿਹਰ ਕਰੂਗਾ, ਕਿਉਂਕਿ ਜਿੱਦਾਂ ਦੇ ਰੁਝਾਨ ਪਹਿਲੀਆਂ ਜਿਹੜੇ ਫੇਸ ਦੀਆਂ ਇਲੈਕਸ਼ਨਾਂ ਹੋਈਆਂ ਉਹਦੇ 'ਚ ਆ ਰਹੇ ਹੈਗੇ ਕਿ ਬੀਜੇਪੀ ਗਠਬੰਧਨ ਦੀ ਸਰਕਾਰ ਕਿਤੇ ਬਣਦੀ ਦਿਖ ਨਹੀਂ ਰਹੀ, ਇੰਡੀਆ ਅਲਾਇੰਸ ਦੀ ਸਰਕਾਰ ਬਣੂਗੀ ਅਤੇ ਆਮ ਆਦਮੀ ਪਾਰਟੀ ਸੱਜੇ ਹੱਥ ਬੈਠੂਗੀ ਅਤੇ ਸਾਰੇ ਕੰਮ ਜਿਹੜੇ ਅਸੀਂ